आपले हो तुम कथासु पारी। सतनाम श्री वाहे गुरु साहिब जी। प्रथम पंच गुर शांत स्वरूप, एह तर शस्त्र भयो बड भूप। जोधा महा करन संग्रामू, दंड प्रचंड दीह बल तामू। वाहिगुरु जी का खालसा, वाहिगुरु जी की फतेह। गुरु की साजी नवाजी होई, गुरु रूप गुरु खालसा साध संगत जी। जिनके भाग बड़े हैं भाई, तिन साधु संग मुख जुरे। आप जी अत्यंत बड़े भागा वाले हो, जिन्हां नू महाराज साहब जी ने अपने चरणों विच बिठाया है। आवो सिख सतगुरु के प्यारे हो, गावो सच्ची बाणी, बाणी तां गावो गुरु केरी। बाणियां सिर बाणी अमृतमई गुरु की बाणी, सौदा रह राज साहब दे पाठ और गुरबाणी दे कीर्तन सरवण कीते हन। आओ हुण अपनियां मन बिरतियां नू छेवें पातशाह महाराज मेरी प्री दे मालक गुरु हरगोबिंद साहब जी दे चरणा नाल जोड़िए। दल भंजन गुर सूरमा, बड़ जोधा बो परोपकारी सतगुरु। श्री अमृतसर साहब तों चाले चाले मार के अगे नूं जिथे गुरद्वारा साहब तरन तारण साहब है पहुँच गए हन, ते इत्थों चल के होर इलाकियां विच चरण पांदे होए सतगुरु साहब जी दुआबे वल जाणगे। अगे फिर मालवे देश में चरण पाणगे। ये जो तरन तारण साहब वालों अगे हरीके पत्तन तो मालवा शुरू हो जाता है, विच दुआबा देश आउंदा है। कपूरथले का इलाका जो है इसनों दुआबा कहिंदे हन, जो मोगे का इलाका है इसनों मालवा कहिंदे हन। मोगे दे इलाके च डरौली पिंड गुरु साहब जी दे बहुत प्रेमी स्नेही भाई साईं दास जी रहिंदे, जिन्हां ने सतगुरु महाराज साहब श्री गुरु अर्जन देव जी दे समय सिक्खी धारण कीती सी। बहुत ही प्रेमा भगती वाले गुरु दे शरधालू गुरसिख होए हन, ते गुरु साहब जी महाराज दे रिश्ते च वड्डे सांडू भी लगदे सन, पर दुनियावी रिश्ते दा माण कदी नहीं सी करदे। अपने आप नूं गुरदेव दा निमाणा सिख ही समझदे सन। उन्हां दे प्रेम दे पिज्जे महाराज पहलां भी डरौली नगर विच चरण पाए सन, जदों वड्डे साहिबजादे बाबा गुरदित्ता जी दा जन्म होया है। सो साध संगत जी उस तों अगे हुण दुबारा फिर गुरु साहब उस डरौली विच चरण पाणगे। ओ कथा अज दे प्रकरणा विच सरवण करिए, प्रेम नाल आखिए सतनाम श्री वाहे गुरु साहिब जी। सतनाम श्री वाहे गुरु साहिब जी। प्रथम पंच गुर शांत स्वरूप। जदों महाराज तरन तारण साहब तों अगे चले हन, तां इलाके दे जिहड़े चौधरी रंगड़ मुसलमान ते कई हिंदू ईरखा करदे सन गुरु साहिब जी दे नाल। ਉਹ ਗੱਲਾਂ ਕਰਦੇ ਆ, ਕਹਿੰਦੇ ਪਹਿਲੇ ਗੁਰੂ ਦਾ ਪੰਜ ਸ਼ਾਂਤ ਸਰੂਪ ਹੋਏ ਹਨ। ਇਹੋ ਤਰ ਸ਼ਸਤਰ ਭਇਓ ਬੜ ਭੂਪ। ਇਹ ਗੁਰੂ ਛੇਵੇਂ ਪਾਤਸ਼ਾਹ ਸ਼ਸਤਰਧਾਰੀ ਹੋ ਕੇ ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਰਹਿੰਦੇ ਹਨ, ਬੜੇ ਬਾਹਾਂਬਲੀ ਯੋਧੇ ਹਨ। ਯੋਧਾ ਮਹਾ ਕਰਨ ਸੰਗਰਾਮੂ, ਇਹ ਯੁੱਧ ਕਰਨ ਵਿੱਚ ਬੜੇ ਯੋਧੇ ਹਨ, ਮਹਾਬਲੀ ਸੰਗਰਾਮ ਕਰਨ ਵਾਲੇ ਹਨ। ਦੰਡ ਪ੍ਰਚੰਡ ਦੀਹ ਬਲ ਧਾਮੂ, ਸਰੀਰ ਦੇ ਵਿੱਚ ਬਲ ਬਹੁਤ ਜ਼ਿਆਦਾ ਹੈ, ਇਤਨਾ ਬਲੀ ਕੋਈ ਸੰਸਾਰ 'ਤੇ ਹੈ ਨਹੀਂ। ਜਿੱਡੇ ਵੱਡੇ ਇਹ ਸੂਰਮੇ ਬਲੀ ਹਨ, ਯੋਧੇ ਹਨ। ਢੀਲ ਦਰਾਜ ਨਾ ਦੂਸਰ ਕੋਈ, ਐਡਾ ਵੱਡਾ ਕੱਦ ਕਾਠ ਹੈ, ਐਡਾ ਹੋਰ ਕਿਸੇ ਦਾ ਕੱਦ ਕਾਠ ਨਹੀਂ ਹੈ। ਬਲ ਅਰ ਸ਼ਕਤ ਕਹਾਂ ਸਮ ਹੋਈ, ਇਹਨਾਂ ਦੇ ਬਰਾਬਰ ਨਾ ਕਿਸੇ ਕੋਲ ਸਰੀਰਕ ਬਲ ਹੈ, ਨਾ ਕਿਸੇ ਕੋਲ ਰੂਹਾਨੀ ਸ਼ਕਤੀ ਹੈ। ਸੁੰਦਰ ਮੁਖ ਮੰਡਲ ਦਰਸੰਤਾ, ਔਰ ਮੁਖ ਮੰਡਲ ਚਿਹਰਾ ਵੀ ਬੜਾ ਸੁੰਦਰ ਹੈ, ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰਿਆ ਪਾਰੋ ਰਾਮ।
ਬਹੁਤ ਹੀ ਸੁੰਦਰ ਮੁਖ ਮੰਡਲ ਹੈ, ਚਿਹਰੇ ਦੇ ਦਰਸ਼ਨ ਕਰਕੇ ਭੁੱਖਾਂ ਲਹਿ ਜਾਂਦੀਆਂ ਹਨ। ਦੀਰਘ ਬੀਰਜ ਧੀਰਜਵੰਤਾ, ਬੜੇ ਬਲ ਵਾਲੇ ਬੜੇ ਧੀਰਜਵਾਨ ਸਤਿਗੁਰੂ ਜੀ ਹਨ। ਇਤਿਆਦਿਕ ਕਹਿ ਆਪਸ ਮਾਹੀ, ਇਸ ਤਰ੍ਹਾਂ ਸਾਧ ਸੰਗਤ ਜੀ ਲੋਕ ਆਪਸ 'ਚ ਗੱਲਾਂ ਕਰਦੇ, ਕਈ ਪ੍ਰੇਮ ਨਾਲ ਕਹਿੰਦੇ ਆ ਅਤੇ ਕਈ ਈਰਖਾ ਨਾਲ ਕਰਦੇ, ਵੱਖਰੇ ਵੱਖਰੇ ਜਿਹੋ ਜਿਹੀ ਮੱਤ ਵਾਹਿਗੁਰੂ ਨੇ ਦਿੱਤੀ ਹੋਈ ਹੈ ਉਹੋ ਜਿਹੀ ਵਿਚਾਰ ਦਿੰਦੇ ਹਨ। ਕੋਈ ਮਹਾਰਾਜ ਦੀ ਸਿਫਤ ਕਰਦਾ ਹੈ ਅਤੇ ਕੋਈ ਨਿੰਦਾ ਕਰਦਾ ਹੈ। ਸਤਿਗੁਰੂ ਨਿੰਦਾ ਉਸ ਦੋਵਾਂ ਤੋਂ ਹੀ ਵੱਖਰੇ ਹਨ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਣਾ, ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂ ਗੁਰਮੁਖ ਜਾਣਾ। ਇਹ ਔਖੀ ਘਾਟੀ ਹੈ, ਹਰ ਕੋਈ ਨਹੀਂ ਚੜ੍ਹ ਸਕਦਾ। ਆਪਣੀ ਉਸਤਤ ਹੁੰਦੀ ਸੁਣ ਕੇ ਸਾਰੇ ਖੁਸ਼ ਹੁੰਦੇ, ਨਿੰਦਾ ਹੁੰਦੀ ਸੁਣ ਕੇ ਮੁਰਝਾ ਜਾਂਦੇ। ਬ੍ਰਹਮ ਗਿਆਨੀ ਵਾਸਤੇ ਨਾ ਉਹਦੀ ਉਸਤਤ ਦਾ ਉਹਨੂੰ ਕੋਈ ਮਨ ਵਿੱਚ ਮਿਲਾ ਖੁਸ਼ੀ ਹੁੰਦੀ ਹੈ ਅਤੇ ਨਾ ਉਹਨੂੰ ਆਪਣੀ ਨਿੰਦਾ ਦੀ ਕੋਈ ਗਮੀ ਹੁੰਦੀ ਹੈ। ਇਹੋ ਜਿਹੀ ਬਿਰਤੀ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ। ਨਿਜ ਘਰ ਦਬਕਹਿ ਨਿਖਸਹਿ ਨਾਹੀ, ਜਿਹੜੇ ਦੁਸ਼ਟ ਬਿਰਤੀ ਵਾਲੇ ਨੇ ਉਹ ਆਪਣੇ ਘਰਾਂ ਵਿੱਚ ਹੀ ਦੜੇ ਰਹਿੰਦੇ ਨੇ, ਬਾਹਰ ਨਿਕਲ ਕੇ ਦਰਸ਼ਨ ਨਹੀਂ ਕਰਦੇ, ਸਤਿਗੁਰਾਂ ਦੇ ਮੱਥੇ ਨਹੀਂ ਲੱਗਦੇ, ਕਿਉਂਕਿ ਆਪਣੇ ਪਾਪ ਹੀ ਉਹਨਾਂ ਨੂੰ ਡਰਾਈ ਜਾਂਦੇ ਹਨ। ਪ੍ਰਜਾ 'ਤੇ ਜਿਹੜੇ ਉਹਨਾਂ ਲੋਕਾਂ ਨੇ ਜ਼ੁਲਮ ਕੀਤੇ, ਉਹਨਾਂ ਜ਼ੁਲਮਾਂ ਦਾ ਹਿਸਾਬ ਨਾ ਦੇਣਾ ਪੈ ਜਾਵੇ, ਇਸ ਕਰਕੇ ਅੰਦਰ ਹੀ ਦੜੇ ਰਹਿੰਦੇ ਹੈ। ਚੱਲਿਓ ਜਾਏ ਇੱਕ ਦਿਨ ਹੀ ਰਹੇ, ਮਹਾਰਾਜ ਇੱਕ ਦਿਨ ਇੱਕ ਪਿੰਡ 'ਚ ਰਹਿੰਦੇ, ਜਿੰਨਾ ਘਾਹ ਪੱਠਾ ਘੋੜਿਆਂ ਨੂੰ ਚਾਹੀਦਾ ਹੁੰਦਾ ਖੇਤਾਂ 'ਚੋਂ ਲੈ ਲੈਂਦੇ ਹੈ ਅਤੇ ਅਗਲੇ ਦਿਨ ਅਗਲੇ ਪਿੰਡ ਜਾ ਪੜਾਂ ਕਰਦੇ ਆ। ਇੱਕ ਦਿਨ ਤੋਂ ਵੱਧ ਨਹੀਂ ਕਿਤੇ ਕਿਸੇ ਨੂੰ ਖੇਚਲ ਦਿੰਦੇ। ਜਾਂ ਤੇ ਨਹਿ ਕਠੋਰ ਕੋ ਕਹਿ, ਇਸ ਕਰਕੇ ਲੋਕ ਵੀ ਕਹਿੰਦੇ ਵੀ ਚਲੋ ਇੱਕ ਦਿਨ ਰਹਿਣਾ ਕੋਈ ਗੱਲ ਨਹੀਂ। ਗੁਰੂ ਸਾਹਿਬ ਨੂੰ ਕਈ ਤਾਂ ਪ੍ਰੇਮ ਨਾਲ ਆਪ ਹੀ ਆ ਕੇ ਕਹਿੰਦੇ, ਮਹਾਰਾਜ ਸਾਰੇ ਖੇਤ ਤੁਹਾਡੇ ਹੈ, ਆ ਘੋੜੇ ਵੀ ਆਪ ਜੀ ਦੇ ਇੱਥੇ ਚਰਨ, ਅਤੇ ਸਾਨੂੰ ਲੰਗਰ ਪਾਣੀ ਦੀ ਵੀ ਸੇਵਾ ਬਖਸ਼ੋ। ਕਈ ਤਾਂ ਆਪ ਸੇਵਾ ਕਰਦੇ ਅਤੇ ਕਈ ਹੁੰਦੇ ਆ ਗੁਰੂ ਘਰ ਨੂੰ ਚੰਗਾ ਨਹੀਂ ਸਮਝਦੇ, ਉਹ ਫਿਰ ਉਹਨਾਂ ਨਾਲ ਸਿੰਘਾਂ ਦਾ ਬੋਲਬਾਲਾ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਫੌਜ ਸਮੇਤ ਮਾਲਵੇ ਦੇਸ਼ ਨੂੰ ਜਾ ਰਹੇ ਨੇ। ਹੋਏ ਨੁਕਸਾਨ ਸੱਸ ਸਹਿ ਲੇਤ, ਕਹਿੰਦੇ ਜਿਹੜੇ ਡਰਦੇ ਮਾਰੇ ਕਈ ਖੇਤੀ ਦਾ ਨੁਕਸਾਨ ਸਹਿ ਲੈਂਦੇ ਹੈ, ਉਹਨਾਂ ਨੂੰ ਪਤਾ ਵੀ ਜੇ ਬੋਲਾਂਗੇ ਤਾਂ ਅੱਗੋਂ ਸਲੋਤਰ ਫਿਰੇਗਾ, ਤਾਂ ਚੁੱਪ ਕਰਕੇ ਦੜ ਵੱਟ ਕੇ ਟਾਈਮ ਕੱਟ ਲੈਂਦੇ ਆ ਜਿਹੜੇ ਚੰਗਾ ਨਹੀਂ ਸਮਝਦੇ ਗੁਰੂ ਮਹਾਰਾਜ ਨੂੰ। ਨਹਿ ਬਿਗਰਹਿ ਸਮਝਹਿ, ਨਹਿ ਬਿਗਰਹਿ ਸਮਝਹਿ ਮ੍ਰਿਤ ਹੇਤ। ਹਾਂ, ਨਹਿ ਬਿਗਰਹਿ, ਕਹਿੰਦੇ ਵਿਗਾੜ ਨਾ ਹੀ ਪਾਈਏ ਗੁਰੂ ਨਾਲ, ਕਿਉਂਕਿ ਜੇ ਗੁਰੂ ਨਾਲ ਵਿਗਾੜ ਪਾਵਾਂਗੇ ਤਾਂ ਸਾਡੀ ਮੌਤ ਹੈ। ਗੁਰੂ ਦਾ ਕੀ ਵਿਗੜੇਗਾ, ਗੁਰੂ ਕੋਲ ਫੌਜਾਂ ਤਗੜੀਆਂ ਹਨ, ਅਸੀਂ ਗੁਰੂ ਦੇ ਸਾਹਮਣੇ ਪੂਰੇ ਨਹੀਂ ਉਤਰ ਸਕਦੇ, ਕਿਉਂਕਿ ਜਿਹੜੀ ਸਰਕਾਰ ਐਡੀ ਵੱਡੀ ਹਿੰਦੁਸਤਾਨ ਦੀ ਜਾਂ ਸ਼ਾਹਜਹਾਨ ਬਾਦਸ਼ਾਹ ਦੇ ਨਾਲ ਗੁਰੂ ਸਾਹਿਬ ਨੇ ਟੱਕਰ ਲੈ ਲਈ, ਉਹਦੀਆਂ ਫੌਜਾਂ ਨਹੀਂ ਕੁਛ ਵਿਗਾੜ ਸਕੀਆਂ, ਅਤੇ ਸਾਡੇ 150 ਬੰਦੇ ਗੁਰੂ ਦਾ ਕੀ ਵਿਗਾੜ ਲੈਣਗੇ। ਇਸ ਪ੍ਰਕਾਰ ਗਮਨਤ ਸਹਿ ਸੈਨਾ, ਇਸ ਤਰ੍ਹਾਂ ਮਹਾਰਾਜ ਫੌਜ ਸਮੇਤ ਜਾ ਰਹੇ। ਸਾਧ ਸੰਗਤ ਜੀ, ਫੌਜ ਸਮੇਤ ਜਾਣਾ ਕੋਈ ਸੌਖਾ ਕੰਮ ਨਹੀਂ ਹੈ, ਕਠਿਨ ਖੇਡ ਹੈ। ਘੋੜਿਆਂ ਦੇ ਕੋਲ ਹੀ ਸੌਣਾ, ਘੋੜਿਆਂ ਦੇ ਕੋਲ ਹੀ ਬਹਿਣਾ, ਘੋੜਿਆਂ ਨੂੰ ਘਾਹ ਪੱਠਾ ਵੀ ਦਵਾਉਣਾ, ਅਤੇ ਘਾਹ ਪੱਠੇ ਵਾਸਤੇ ਪਿੰਡਾਂ ਵਾਲਿਆਂ ਨਾਲ ਹਰ ਜਗ੍ਹਾ 'ਤੇ ਝਗੜਾ ਕਰਨਾ, ਇਹ ਕੋਈ ਸੌਖਾ ਕੰਮ ਥੋੜ੍ਹਾ। ਮਹਾਰਾਜ ਸੱਚੇ ਪਾਤਸ਼ਾਹ ਕੋਲ ਕੋਈ ਸਰਕਾਰੀ ਜ਼ਮੀਨ ਜਾਇਦਾਦ ਤਾਂ ਹੈ ਨਹੀਂ ਸੀ, ਸਰਕਾਰ ਕੋਲ ਤਾਂ ਸਾਰੇ ਹਿੰਦੁਸਤਾਨ ਦਾ ਕਬਜ਼ਾ, ਬਾਕੀ ਸਤਿਗੁਰੂ ਸੱਚੇ ਹਨ, ਕਿਉਂ ਜ਼ਮੀਨ ਕਿਸੇ ਦੇ ਪਿਓ ਦੀ ਨਹੀਂ, ਰੱਬ ਦੀ ਹੈ, ਅਤੇ ਧਰਤੀ 'ਤੇ ਪੈਦਾ ਹੋਈ ਹਰ ਚੀਜ਼ ਵੀ ਰੱਬ ਦੀ ਹੈ। ਠੀਕ ਹੈ ਵੀ ਕਿਸੇ ਕੋਲੋਂ ਜ਼ਬਰਦਸਤੀ ਬਹੁਤਾ ਨਹੀਂ ਖੋਹਦੇ, ਪਰ ਖਾਣ ਜੋਗੇ ਘਾਹ ਪੱਠੇ ਤਾਂ ਧਰਤੀ ਤੋਂ ਹੀ ਲੈਣੇ ਆ, ਅਸਮਾਨ ਤੋਂ ਤਾਂ ਨਹੀਂ ਡਿੱਗਣੇ। ਜਿਹੜੇ ਘੋੜੇ ਪਰਮੇਸ਼ਰ ਨੇ ਪੈਦਾ ਕੀਤੇ ਆ ਉਹਨਾਂ ਨੇ ਵੀ ਕੁਝ ਖਾਣਾ ਹੀ ਹੈ, ਇਸ ਕਰਕੇ ਸਤਿਗੁਰੂ ਪਾਤਸ਼ਾਹ ਦੀ ਦਲੀਲ ਦੇ ਸਾਹਮਣੇ ਕੋਈ ਖੜ ਵੀ ਨਹੀਂ ਸਕਦਾ। ਜਿੰਨਾ ਕੁ ਲੋੜ ਹੁੰਦਾ ਉਨਾ ਲੈਂਦੇ ਆ, ਇਹ ਵੀ ਨਹੀਂ ਵੀ ਕਿਸੇ ਦਾ ਸਾਰਾ ਖੇਤ ਹੀ ਉਜਾੜ ਦਿੰਦੇ, ਇੱਦਾਂ ਨਹੀਂ ਕਰਦੇ, ਬਸ ਜਿੰਨੀ ਕੁ ਲੋੜ ਹੁੰਦੀ ਹੈ ਉਨਾ ਕੁ ਲੈ ਕੇ ਗਾਂਹ ਨੂੰ ਚਾਲਾ ਪਾ ਦਿੰਦੇ ਹਨ। ਮਗ ਮਹਿ ਬਸੇ ਚਲਤ ਦੋਏ ਰਹਿਣਾ, ਕਿਸੇ ਪਿੰਡ 'ਚ ਇੱਕ ਰਾਤ ਅਤੇ ਕਿਸੇ 'ਚ ਵੱਧ ਤੋਂ ਵੱਧ ਦੋ ਰਾਤਾਂ ਰਹਿੰਦੇ,
जिहड़े प्रेम नाल रखदे उत्थे दो रातां रहिंदे आ, जिथे कोई एवें ही मजबूरी नूं रात कट्टणी पैंदी इक रात रह के ते महाराज सवेरे चाला पा दिंदे। प्रथम पाए सुद साईं दास, बाबा जी भाई साईं दास जी डरौली वासी उहनां नूं पहलां ही खबर मिल गई कि सच्चे पातशाह मीरियां पीरियां दे मालक फौजां समेत मालवे दी धरती ते आ रहे ने। इत आगमन भयो सुख रास, सतगुरां दा आउणा हो रिहा सुखां दी रास सुखां दे खजाने। महाराज छेवें पातशाह जी इधर मालवे दी धरती ते आ रहे ने। चमू सर्ब परिवार समेत, सारे परिवार माता दमोदरी जी माता नानकी जी माता मां देवी जी अते गुरु दियां फौजां गुरु दे साहिबजादे नाल आ रहे ने। निकट पहुंचे कृपा निकेत, गुरु साहब नेड़े ही आ गए ने, थोड़े दिनां विच साडे कोल साडे पिंड आ जाणगे। ले नर संग आए अगवाई, सो साध संगत जी भाई साईं दास जी ने अपने पिंड दी संगत नू तैयार कीता। सिखां नू कहा भाई सारे कट्ठे होके चलीए गुरु साहब नू अगों दी लै के आईए, महाराज दा स्वागत करिए। साडे भाग जागे ने कि दीन दुनिया दे मालक सच्चे पातशाह साडे पिंड आ रहे ने। बिकसियो सदन आनंद समुदाई, सारे पिंड च खुशी आनंद होया, लोग सारे खुश होए भी सतगुरु महाराज साडे पिंड विच आउणगे, इत्थे लंगर चलणगे, कथा कीर्तन होवेगी, बाणी पढ़ी जाएगी, नाम जपया जाएगा, दीवान सजणगे, संगतां दे जोड़ मेले लगणगे। ਇਹ ਜਿਹੜੇ ਚੰਗੇ ਹੁੰਦੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ। ਗੁਰਸਿੱਖਾਂ ਕੇ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਤਰ ਹਿਰਦੈ ਭਾਈ। ਗੁਰਸਿੱਖਾਂ ਨੂੰ ਤਾਂ ਚੰਗੀ ਲੱਗਦੀ ਹੈ, ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣੀ ਉਹਨਾਂ ਪਰਾਇਆ ਭਲਾ ਨਾ ਸੁਖਾਈ। ਜਿਨ੍ਹਾਂ ਦੀ ਬਿਰਤੀ ਨਿੰਦਕਾਂ ਦੁਸ਼ਟਾਂ ਵਾਲੀ ਹੈ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਦੀ ਮਹਿਮਾ ਚੰਗੀ ਨਹੀਂ ਲੱਗਦੀ। ਇਸ ਪ੍ਰਕਾਰ ਨਾਲ ਭਾਈ ਸਾਈਂ ਦਾਸ ਦੇ ਸਾਥੀ ਗੁਰਸਿੱਖ ਖੁਸ਼ ਹੋ ਗਏ ਵੀ ਗੁਰੂ ਸਾਹਿਬ ਆਉਣਗੇ ਸਾਡੇ ਪਿੰਡ ਬੜੀ ਰੌਣਕ ਲੱਗੇਗੀ। ਸਰਦ ਇੰਦ ਹਰਗੋਬਿੰਦ ਔਰਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੰਦਰਮਾ ਦੇ ਸਮਾਨ ਹਨ, ਜਿਵੇਂ ਸ਼ਰਦ ਰੁੱਤ ਦੇ ਚੰਦਰਮਾ ਹੁੰਦੇ ਹਨ। ਕਰਿਓ ਚਕੋਰਨ ਕੋ ਦ੍ਰਿਗ ਜੋਰਾ, ਤੇ ਸਿੱਖਾਂ ਦੀਆਂ ਅੱਖਾਂ ਉਸ ਪਾਸੇ ਲੱਗ ਗਈਆਂ ਨੇ ਚਕੋਰ ਦੀ ਤਰ੍ਹਾਂ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਸਾਰੀ ਸਾਰੀ ਰਾਤ ਚਕੋਰ ਚੰਦਰਮਾ ਵੱਲ ਦੇਖੀ ਜਾਂਦਾ। ਇੱਕ ਚਕੋਰਾਂ ਦਾ ਜੋੜਾ ਅਸੀਂ ਪਿੰਜਰੇ 'ਚ ਪਿਆ ਦੇਖਿਆ ਪੂਰਨਮਾਸ਼ੀ ਦੀ ਰਾਤ ਨੂੰ। ਸਾਧ ਸੰਗਤ ਜੀ ਉਹ ਤਾਂ ਇੰਝ ਪਿੰਜਰਾ ਤੋੜ ਕੇ ਹੁਣੇ ਚੰਦਰਮਾ ਕੋਲ ਪਹੁੰਚ ਜਾਏਗਾ, ਉੱਧਰ ਹੀ ਦੇਖਣਾ, ਉੱਧਰ ਹੀ ਸਾਰੀ ਸਾਰੀ ਰਾਤ ਹੀ। ਇੱਦਾਂ ਗੁਰੂ ਕੇ ਸਿੱਖ ਮਹਾਰਾਜ ਵੱਲ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲ ਨੇਤਰ ਲਾਈ ਬੈਠੇ ਹਨ। ਨਮੋ ਗ੍ਰੰਥ ਜੀ ਕਰ ਧਰ ਪਾਵਾ, ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਾਸੇ ਵਿੱਚ ਰੱਖੇ ਹੋਏ ਪਾਲਕੀ ਦੇ ਵਿੱਚ, ਪਿੱਛੇ ਛੇਵੇਂ ਪਾਤਸ਼ਾਹ ਮਹਾਰਾਜ ਅਤੇ ਬਾਕੀਆਂ ਸੰਗਤਾਂ ਆ ਰਹੀਆਂ ਨੇ। ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਨੇ ਮੋਢੇ 'ਤੇ ਚੁੱਕਿਆ ਹੋਇਆ ਅਤੇ ਚੌਰ ਕਰਦੇ ਨੇ। ਭਾਈ ਸਾਈਂ ਦਾਸ ਅੱਗੇ ਵੱਧ ਕੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਹੈ। ਪਿਖ ਚਰਨ ਨਾਰ ਬਿੰਦ ਉਤਲਾਵਾ, ਅਤੇ ਫਿਰ ਗੁਰੂ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਕਮਲਾਂ 'ਤੇ ਸਿਰ ਝੁਕਾਇਆ ਹੈ। ਗਹਿਰ ਕਾਬ ਕੋ ਸਿਰ ਪਰ ਧਾਰੇ, ਮਹਾਰਾਜ ਘੋੜੇ 'ਤੇ ਸਨ, ਜਾ ਕੇ ਭਾਈ ਸਾਈਂ ਦਾਸ ਨੇ ਰਕਾਬ ਫੜ ਲਈ ਅਤੇ ਰਕਾਬ ਦੇ ਉੱਤੇ ਆਪਣਾ ਸਿਰ ਧਰ ਦਿੱਤਾ। ਆਨੰਦ ਨੀਰ ਲੋਚਨ ਕੋ ਡਾਰੇ, ਬੜੇ ਆਨੰਦ ਵਿੱਚ ਮਗਨ ਹੋ ਕੇ ਅੱਖਾਂ ਦੇ ਹੰਝੂ ਮਹਾਰਾਜ ਦੇ ਚਰਨਾਂ 'ਤੇ ਸਿੱਟਣ ਲੱਗੇ ਹੈ ਅਤੇ ਅੱਖਾਂ ਦੇ ਹੰਝੂਆਂ ਨਾਲ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਦੇ ਚਰਨ ਧੋ ਰਹੇ ਹਨ। ਜਨ ਸਨੇਹ ਅਰ ਆਤਮ ਗਿਆਨਾ, ਆਹ ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ ਤੋਂ ਵੀ ਵਾਰੇ ਵਾਰੇ ਜਾਈਏ, ਕਿੱਥੋਂ ਅਲੰਕਾਰ ਬੰਨਦੇ ਨੇ, ਕਿੱਥੋਂ ਉਪਮਾ ਲਿਆਉਂਦੇ ਨੇ। ਕਹਿੰਦੇ ਪ੍ਰੇਮ ਅਤੇ ਆਤਮ ਗਿਆਨ ਦੋਵੇਂ ਇਕੱਠੇ ਹੋ ਗਏ ਨੇ। ਇਹ ਹੁਣ ਜਿਹੜੇ ਜਾਣਦੇ ਆ ਵੀ ਪ੍ਰੇਮ ਅਵਸਥਾ ਕੀ ਹੁੰਦੀ ਹੈ ਅਤੇ ਆਤਮ ਗਿਆਨ ਕੀ ਹੁੰਦਾ, ਉਹਨਾਂ ਨੂੰ ਪਤਾ। ਆਤਮ ਗਿਆਨ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਅਤੇ ਭਾਈ ਸਾਈਂ ਦਾਸ ਜੀ ਪ੍ਰੇਮ ਦੀ ਮੂਰਤੀ ਹਨ।
प्रेम ते प्रेमा भगती ते आत्म ज्ञान दोवें कठे हो रहे ने, मिलन हो रहा दोवां दा। चिरके बिछड़े कीन मिलाना, चिरां दे मानो बिछड़े होण, ब्रह्म ज्ञान ते प्रेम अज मिल पए होण, इस तरह की कुछ दशा है। छेवें पातशाह ज्ञान स्वरूप हन ते भाई साहब साईं दास जी प्रेम स्वरूप हन, प्रेम की मूर्ति हन। सतगुरु बूजी कुशल बताई, महाराज साहब छेवें पातशाह हाल पुछया, हाँ जी भाई साईं दास जी सुनाओ परिवार का नगर का सिखा का की हाल है। ते हाथ जोड़ के साईं दास ने आख्या, आप जी की कृपा है सच्चे पातशाह जी, डेरा करियो सुपट समुदाई। महाराज नू लै के रकाब फड़ी घोड़े ते चढ़े चढ़ाए पिंड दे कोल ले आंदा। हुण तां ओह पिंड बहुत वड्डा डरौली पिंड, ये डगरू ते डरौली दो पिंड ने नेड़े नेड़े, मोगे तो सारे 5-7 किलोमीटर दूर हैं। तो इत्थे साध संगत जी डगरू डरौली गुजर जाति के दो होए ने भैन भरा, किसी पुराने जमाने विच डगरू के नाँ से डगरू पिंड वसया, डरौली के नाँ से डरौली पिंड वसया। इत्थे सतगुरु महाराज आ गए ने ते पिंड के बार बार थाओं थाई सिखा ने छाउणियां पा दित्तियां ने। तीनों गुरु पत्नी जब देखी, तिने गुरु पत्नियां तिने महल छेवें पातशाह दे, माता दमोदरी जी, माता नानकी जी ते माता मां देवी जी दे जदों दर्शन कीते हन। परियो पाए तर पाओ विसेखी, भाई साईं दास उन्हां नूं भी मत्था टेकिया माता जान करके। गुरु दी पत्नी माता हुंदी है ते गुरु साहब जी दे महलां दे चरणां दे सीस झुकाया है। अपर सगल गुर केर नजीकी, होर जिहड़े गुरु दे नेड़े वर्तन वाले सिख सीगे भाई साईं दास जी ते होर सिख जिहड़े उस नगर दे आपस विच इक दूजी नूं मिले हन, बाबा बिधी चंद जी, भाई जेठा जी, होर सिख इक दूजी नाल गलवकड़ियां पा पा के, क्योंकि सिखां 'च इन्ना प्यार हुंदा सी। पंथ प्रकाश विच लिखिया होया, सिख सिख पे वारत प्राण, सिख ते सिख जान वार देंदे सी, सिख सिख दे वास्ते अपना सब कुछ कुर्बान कर देंदे सी, ते अज सिख सिख दी जान लै लैंदे है। सतसंग जी किन्ना फर्क पै गया साडे विच, सिखी दा जज्बा जदों घटदा है ना उदों फिर इहो जिहियां हालात पैदा हुंदे। भाई बिधी चंद, भाई साईं दास आपस विच गलवकड़ियां पा पा के मिले हैं। मिले तो बह पूरी इच जी की, कहिंदे जदों आपस च मिले ने ते मन दीआं इच्छां पूरीआं हो गईआं ने, बहुत खुश होए ने सिख इक दूजी नूं मिल के। तिम रामो मिल मस्तक टेका, बीबी रामो सतगुरु छेवें पातशाह जी की वड्डी साली लगती सी, माता दमोदरी जी की वड्डी भैण लगती सी, ये भी प्रेम की मूर्ति सी। ये साईं दास ते रामो ने गुरु घर नाल प्रेम निभाया सारा जीवन। जदों छेवें पातशाह आए ने बीबी रामो चरणा ते मथा टेकिया है। सब कुटुंब सह जलद विवेका, जलद विवेका का अर्थ है ज्ञान दे समुंदर, विवेक दे सागर। गुरु साहब जी नू सारे परिवार नू मथा टेकिया है बीबी रामो ने। तंबू समयाने बहुताने, समूह तंबू समयाने बहुताने, तंबू समयाने ला दिते ने थां थां दे उत्ते, थाओं थाई साध संगत जी बड़े सोहणियां कनातां लग गईआं ने, तंबू लग गए ने, सिखां दे फौजियां दे वखरे लग गए ने, घोड़ियां दे बन्नण वास्ते किले गड के लम्मी कतार दे विच घोड़े ला दिते ने, तंबू लग गए ने, लंगर पकाण वालियां लांगरियां दे तंबू लग गए ने, जिथे दीवान सजाना है उत्थे भी दीवान वास्ते तंबू लग गए ने। गाड़ियो झंडा ऊच महाने, गुरु दी छौणी पै गई है, छेवें पातशाह महाराज दी फौज आ बैठी है डरौली पिंड दे विच, ते विचकार उच्चा निशान साहब गढ़ दिता है, झंडा साहब गढ़ के निशान साहब गढ़ के दूरों पता लगे भी महाराज मीरी पीरी दे मालक दा इत्थे पड़ा है। जथा जोग उतरे समुदाया, जथा जोग सारे आपो अपनी थां ते फौजी जवान उतरे ने,
मिसलवार, क्योंकि गुरु साहब जी को लगभग 2800-3000 घोड़ सवार होंगे, छोटी मोटी फौज नहीं, बहुत दूर दूर तक छाउनी पै जाती सी जदों महाराज छेवें पातशाह जी आउंदे सन। आद मसंदन चमू निकाया, सारी फौज ने अपने पड़ा किते, फिर मसंदा ने अपने अपने तंबू ला ले। मसंदा दे वखरे तंबू लगते है, लांगरियां दे वखरे लगते है, इस तरह फौज दे तंबू वखरे लग गए। थाओं थाई छाउनी पै गई, डरौली पिंड दे आले दुआले कई मीलों में फौज गुरु की उतर पई है। तो डरौली पिंड वाले किन्ने सबर संतोख वाले सी, अपनियां पैड़ियां गुरु वास्ते खाली कर दित्तियां, कहिंदे महाराज सब कुछ तुहाडा ही है। तो जिथे सतगुरां दे चरण पै गए, जिथे महाराज के घोड़े फिर गए, उत्थे बिना बीजियां फसलां उगदियां। साध संगत जी, गुरु की कृपा इहो जी हुंदी है, बरकत ही बड़ी पैंदी, लख खुशियां पातशाहियां जे सतगुर नदर करे। हाँ जी, यथा सकत दंपति होलास, बीबी रामो ते भाई साईं दास दी खुशी दा तां कोई अंत ही नहीं। बड़े उलास नाल, बड़े प्रेम नाल महाराज दी साहिब छेवें पातशाह दी सेवा करदे। सेवत रामो साईं दास, बीबी रामो ते साईं दास भज भज के सेवा करदे। अधिक प्रेम ते असन बनायो, बड़े प्रेम नाल सतगुरां दे वास्ते गुरु के परिवार वास्ते लंगर बनाया है। बैठ निकट धर पाओ अचायो, बीबी रामो ने अपने हथी महाराज नू प्रेम नाल प्रशादा छकाया छेवें पातशाह जी नू। तथा गुर के नंदन सारे, फिर इसे तरह गुरु दे साहिबजादियां नू, बाबा सूरजमल जी नू, बाबा अणी राय जी नू, श्री तेग बहादुर जी नू भी प्रशादा छकाया है। धर आनंद अचवाए अहारे, बड़े आनंद नाल भोजन छकाया है। पुन रामो प्रीति बड़ धारी, फिर रामो ने बड़े प्रेम नाल बड़ी श्रद्धा दे नाल अच दमोदरी आदिक सारी, माता दमोदरी जी नू, माता नानकी जी नू, माता मां देवी जी नू प्रशादा छकाया है। कहियो गुरु सुन साई दास, फिर महाराज छेवें पातशाह कहन लगे, सुनो भाई साई दास जी, तोहे प्रेम ने आने पास, तुहाडे प्रेम ने सानू खिच के लियांदा है। रब भगतां ने वस कीता प्रेम दियां पा के डोरां, तुहाडे प्रेम दे बजे होए अज आ गए हैं। पहलां उदों आए सी जदों भाई साई दास ने नवा मकान बनाया सी, ते नवे मकान नू ताला ला छड्या सी, जिन्ना चिर गुरु साहब नहीं आउंदे बूआ नहीं खोलना। छेवें पातशाह आप ताला खोल के उस मकान विच चरण पाए सन। ते साध संगत जी, उदों इसे नवे मकान विच बाबा जी, बाबा गुरदित्ता दीन दुनी दा टिक्का जो वर मंगिया सो वर दित्ता। सतगुरां दे वड्डे साहिबजादियां दा अवतार होया सी, आप महाराज चले गए सन गुरुद्वारा नानक मता साहब की सेवा संभाल करन लई। बाबा अलमस्त जी उदासी महापुरशां ने याद कीता सी, परिवार नू छड गए सी डरौली, उस डरौली च दोबारा फिर आ गए। उदों बाबा जी ने साईं दास ने बेनती कीती सी, महाराज फिर कदों आओगे, कृपा करो इत्थे ही रहो। महाराज कहिंदे हुण बहुत समय बाद फिर आवांगे। यानी लगभग 15-20 साल पिछों महाराज फिर डरौली पिंड च आ छाउनी पाई है। नित चित सिमरत हाथन जोर, बाबा जी तुसीं रोज सानू याद करदे सी, अरदास करदे सी हाथ जोड़ के भी आओ आओ आओ, रोज नितनेम ते भाई साईं दास दी अरदास ही हुंदी सी। बीबी रामो यही अरदास करदी सी, महाराज यह मालवे की धरती सुकी है, तुहाडे चरणां नाल हरी होनी, इत्थे सिक्खी दा बूटा तुहाडी कृपा नाल लगना, इत्थे आओ। ते अज महाराज छेवें पातशाह मालवे दी धरती ते मोगे दे इलाके च आ गए ने। करत रहियो दर्शन की लोर, सच्चे पातशाह कहिंदे भाई साहब तुसीं साडे दर्शनां दी इच्छा करदे सी ना, ते आ तुहानूं दर्शन देण लई तुहाडे प्रेम दे खिच्चे होए आए हाँ। याते पठ कर तुव अरदास, तुहाडी बेनती तुहाडी चिट्ठी तुहाडी अरदास सुन के, कर तैयारी आए पुर आस, तुहाडी आसा पूरी करन लई तैयारी करके आए हां। साईं दास कहियो धर पाओ,
ਭਾਈ ਸਾਈਂ ਦਾਸ ਹੱਥ ਜੋੜ ਕੇ ਕਹਿਣ ਲੱਗੇ, ਇਹੀ ਆਪ ਕੋ ਸਹਿਜ ਸੁਭਾਉ। ਇਹ ਗਰੀਬ ਨਵਾਜ, ਇਹ ਆਪ ਜੀ ਦਾ ਜੁਗਾਂ ਜੁਗਾਂ ਤੋਂ ਬਿਰਧ ਹੈ, ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕੋ ਨਿਕਟੀ ਹੋਏ ਦਿਖਾਵੈ। ਮਹਾਰਾਜ, ਆਪਣਿਆਂ ਦੇ ਵਾਸਤੇ ਤਾਂ ਤੁਸੀਂ ਨੰਗੇ ਪੈਰੀ ਭੱਜੇ ਆਉਂਦੇ ਹੋ, ਆਪਣੇ ਸੇਵਕਾਂ ਦੇ ਜਦੋਂ ਕੋਈ ਕੰਮ ਪੈ ਜਾਂਦਾ ਫਿਰ ਤੁਸੀਂ ਸਾਰੀ ਮਰਿਆਦਾ ਟੱਪ ਕੇ ਆ ਜਾਂਦੇ ਹੋ। ਸੱਚੇ ਪਾਤਸ਼ਾਹ ਜੀ, ਰਾਜ ਸਮਾਜ ਦਰਬਨ ਹੈ ਹੇਰੋ, ਕਿਸੇ ਸਿੱਖ ਦਾ ਪੈਸਾ ਨਹੀਂ ਵੇਖਦੇ, ਕਿਸੇ ਸਿੱਖ ਦਾ ਧਨ ਦੌਲਤ ਰਾਜ ਸਮਾਜ ਨਹੀਂ ਦੇਖਦੇ। ਲਖੋ ਨਾ ਸਾਖ ਸੰਬੰਧ ਵਡੇਰੋ, ਉਹਦੇ ਨਾਲ ਰਿਸ਼ਤਾ ਸਾਖ ਸੰਬੰਧ ਉਹ ਵੀ ਨਹੀਂ ਦੇਖਦੇ, ਸਿਰਫ ਇੱਕੋ ਹੀ ਰਿਸ਼ਤਾ ਹੈ ਪ੍ਰੇਮ ਦਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਸੱਚੇ ਪਾਤਸ਼ਾਹ ਜੀ, ਤੁਸੀਂ ਪ੍ਰੇਮਾ ਭਗਤੀ ਦੇ ਭੁੱਖੇ ਹੋ। ਜਹਾਂ ਪ੍ਰੇਮ ਕੋ ਚਿਤ ਹੋ ਗੁਸਾਈ, ਹੇ ਮਹਾਰਾਜ ਜਿੱਥੇ ਤੁਹਾਨੂੰ ਕੋਈ ਪ੍ਰੇਮ ਨਾਲ ਚੇਤੇ ਕਰਦਾ ਹੈ, ਸਭ ਤਿਆਗੋ ਤਹ ਪਹੁੰਚੋ ਜਾਈ, ਸਭ ਕੁਝ ਛੱਡ ਕੇ ਉੱਥੇ ਪਹੁੰਚਦੇ ਹੋ। ਹਰ ਯੁੱਗ ਦੇ ਵਿੱਚ ਤੁਹਾਡੀ ਇਹ ਮਰਿਆਦਾ ਰਹੀ ਹੈ ਸੱਚੇ ਪਾਤਸ਼ਾਹ ਜੀ। ਰਾਜ ਸਮਾਜ ਛੋੜ ਕੁਰ ਰਾਈ, ਦੇਖੋ ਕੌਰਵਾਂ ਦਾ ਰਾਜਾ ਧਿਰਤਰਾਸ਼ਟਰ ਅਤੇ ਉਹਦਾ ਪੁੱਤਰ ਦੁਰਯੋਧਨ ਬੜਾ ਵੱਡਾ ਰਾਜਾ ਸੀਗਾ, ਕੋਈ ਅੰਤ ਨਹੀਂ, ਸੋਨੇ ਚਾਂਦੀ ਦੇ ਮਹਿਲਾਂ ਵਿੱਚ ਰਹਿੰਦਾ ਸੀ ਹਸਤਨਾਪੁਰ ਦੇ ਵਿੱਚ। ਉਹਨੂੰ ਛੱਡ ਕੇ ਜਾਏ ਬਿਦਰ ਕੇ ਨਿਸ਼ਾ ਬਿਤਾਈ, ਤੇ ਬਿਦਰ ਦੇ ਘਰ ਰਾਤ ਗੁਜ਼ਾਰੀ ਸੀ ਤੇ ਲੂਣਾ ਸਾਗ ਖਾਧਾ ਸੀ। ਬਾਣੀ ਵਿੱਚ ਬਚਨ ਆਉਂਦੇ ਨਾ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੈ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣੇ। ਆਪਣੇ ਹਾਥੀ ਘੋੜਿਆਂ ਦੇ ਭੁਲੇਖੇ 'ਚ ਰਹਿ ਗਿਆ, ਭਗਵਾਨ ਨੂੰ ਨਹੀਂ ਪਛਾਣ ਸਕਿਆ। ਤੁਮਰੋ ਦੂਧ ਤੇਰਾ ਦੁੱਧ ਬਿਦਰ ਕੋ ਪਾਣੋ, ਅਤੇ ਬਿਦਰ ਦਾ ਪਾਣੀ ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਅਣਦ ਬਿਨੋਦੀ, ਜਾਤ ਨਾ ਕਾਉ ਕੀ ਮਾਨੀ। ਮਹਾਰਾਜ, ਸੱਚੇ ਪਾਤਸ਼ਾਹ ਉੱਥੇ ਬਿਦਰ ਦਾ ਲੂਣਾ ਸਾਗ ਖਾਧਾ ਸੀ। ਦਿਜਬਰ ਪੰਡਿਤ ਗੁਣ ਗਨ ਵਾਨੇ, ਬੜੇ ਬੜੇ ਵਿਦਵਾਨ ਗੁਣੀ ਪੰਡਿਤਾਂ ਨੂੰ ਛੱਡ ਕੇ, ਬਿਨਾਂ ਪ੍ਰੇਮ ਸੇ ਤਿਆਗੇ ਸਿਆਣੇ, ਕਿਉਂਕਿ ਉਹ ਬੜੇ ਬੜੇ ਗੁਣੀ ਸੀ, ਦਰੋਣਾਚਾਰਿਆ ਕਿਰਪਾਚਾਰਿਆ ਜਾਤ ਦੇ ਬ੍ਰਾਹਮਣ ਸਨ, ਬਹੁਤ ਵਿਦਵਾਨ, ਕੌਰਵਾਂ ਦੇ ਪਾਂਡਵਾਂ ਦੇ ਗੁਰੂ, ਉਹਨਾਂ ਦੇ ਘਰ ਵੀ ਨਹੀਂ ਗਏ ਮਹਾਰਾਜ। ਤੇ ਭੀਸ਼ਮ ਪਿਤਾਮੇ ਦੇ ਘਰ, ਹੋਰ ਕਿਸੇ ਵੱਡੇ ਬੰਦੇ ਦੇ ਘਰ ਨਹੀਂ ਗਏ, ਕਿਹਦੇ ਘਰ ਗਏ, ਜਿਹੜਾ ਸਾਰਿਆਂ ਤੋਂ ਛੋਟਾ ਸਮਝਿਆ ਜਾਂਦਾ ਸੀ। ਹਾਂਜੀ, ਸ਼ੂਦਰ ਭਗਤ ਕੇ ਸੰਗ ਫਿਰੰਤੇ, ਸ਼ੂਦਰ ਭਗਤ ਦੇ ਨਾਲ ਜਾ ਕੇ ਫਿਰੇ, ਉਹਦੇ ਘਰ ਜਾ ਕੇ ਲੂਣਾ ਸਾਗ ਖਾਧਾ। ਬਿਰਤ ਜਗਤ ਮਹਿ ਨਹੀਂ ਛਪੰਤੇ, ਇੱਕ ਗੱਲ ਨਹੀਂ, ਕਈ ਯੁੱਗਾਂ ਤੋਂ ਇਹ ਗੱਲ ਪ੍ਰਗਟ ਹੈ ਮਹਾਰਾਜ, ਆਪ ਜੀ ਦੀ ਹਰ ਯੁੱਗ ਵਿੱਚ ਇਹੀ ਮਰਜ਼ਾਦਾ ਰਹੀ ਹੈ। ਬਸ ਦਾਸਨ ਕੇ ਸਦਾ ਗੁਸਾਈ, ਆਪ ਜੀ ਆਪਣੇ ਦਾਸਾਂ ਦੇ ਵੱਸ ਹੋ, ਪ੍ਰੇਮ ਦੇ ਵੱਸ ਹੋ। ਤੁਮਰੀ ਕ੍ਰਿਤ ਤੁਮ ਕੋ ਬਣਿਆਈ, ਮਹਾਰਾਜ ਤੁਹਾਡਾ ਕੰਮ ਤੁਸੀਂ ਕਰ ਸਕਦੇ, ਹਰ ਕੋਈ ਇੱਦਾਂ ਨਹੀਂ ਕਰ ਸਕਦਾ, ਇੱਦਾਂ ਦੁਨੀਆ ਨਹੀਂ ਕਰ ਸਕਦੀ। ਦੁਨੀਆ ਵੇਖਦੀ ਮੂੰਹ ਲਿਆ ਜੇ, ਦੁਨੀਆ ਵੇਖਦੀ ਹੈ ਮਾਇਆ ਧਨ ਦੌਲਤ ਵਾਲਾ ਹੋਵੇ ਉਹਦੇ ਘਰ ਜਾਂਦੇ, ਗਰੀਬ ਦੇ ਘਰ ਕੌਣ ਜਾਂਦਾ। ਮਹਾਰਾਜ ਤੁਸੀਂ ਗਰੀਬ ਦੇ ਘਰ ਆਏ ਹੋ, ਅਪਰ ਨਹੀਂ ਸਮਤਾ ਕੋ ਧਰੈ, ਜਿਵੇਂ ਪਹਿਲੇ ਪਾਤਸ਼ਾਹ ਜੀ ਭਾਈ ਲਾਲੋ ਦਾ ਘਰ ਜਾ ਕੇ ਕੋਧਰੇ ਦੀ ਰੋਟੀ ਖਾਧੀ, ਮਲਕ ਭਾਗੋ ਦੀਆਂ ਪੂੜੀਆਂ ਤਿਆਗ ਦਿੱਤੀਆਂ। ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਬਸ ਦੀਨਨ ਕੇ ਨਿਤ ਅਨੁਸਰੈ, ਆਪ ਆਪਣੇ ਗਰੀਬ ਸੇਵਕਾਂ ਦੇ ਵੱਸ ਵਿੱਚ ਹੋ ਸਦਾ ਹੀ। ਰਹਿਤ ਭਏ ਸਤਿਗੁਰ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਭਾਈ ਸਾਈਂ ਦਾਸ ਦਾ ਪ੍ਰੇਮ ਵੇਖ ਕੇ ਡਰੋਲੀ ਵਿੱਚ ਹੀ ਆਸਣ ਲਾ ਲਏ, ਉੱਥੇ ਰਹਿੰਦੇ ਮਹਾਰਾਜ, ਅਤੇ ਡਰੋਲੀ ਦੇ ਵਿੱਚ ਆਲੇ ਦੁਆਲੇ ਇਲਾਕੇ ਦੀਆਂ ਸੰਗਤਾਂ ਮਾਲਵੇ ਦੀਆਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਦਾ ਲਾਭ ਲੈਣ ਲੱਗੀਆਂ ਹਨ। ਸਦਾ ਸੁਧਾਰੈ ਸਿੱਖਣ ਕਾਰਜ, ਮਹਾਰਾਜ ਆਪਣੇ ਸਿੱਖਾਂ ਦੇ ਕਾਰਜ ਸੁਆਰਦੇ, ਜੋ ਜੋ ਕਿਸੇ ਸਿੱਖ ਦੀ ਕਿਹੋ ਜਿਹੀ ਵੀ ਅਰਦਾਸ ਹੋਵੇ,
ਭਾਵੇਂ ਉਹ ਸੰਸਾਰੀ ਪਦਾਰਥਾਂ ਲਈ ਹੋਵੇ ਭਾਵੇਂ ਪਰਮਾਰਥ ਲਈ ਹੋਵੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਊਹਾਂ ਸੱਚ ਹੋਵੇ। ਇਸ ਤਰ੍ਹਾਂ ਮਹਾਰਾਜ ਸੇਵਕਾਂ ਦੇ ਕਾਰਜ ਸਵਾਰ ਰਹੇ ਹਨ। ਕਬ ਕਬ ਵਹਿਰ ਅਖੀਰ ਸਿਧਾਵੈ। ਕਦੀ ਕਦੀ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਵੀ ਜਾਂਦੇ ਹਨ। ਸ਼ਸਤਰਧਾਰੀ ਫੌਜਾਂ ਨੂੰ ਨਾਲ ਲਿਜਾ ਕੇ ਸ਼ਿਕਾਰ ਖੇਡਦੇ ਹਨ। ਕਬਹੋਂ ਬੈਠ ਕਰ ਸਭਾ ਲਗਾਵੇ ਤੇ ਕਦੀ ਬਹਿ ਕੇ ਪਾਤਸ਼ਾਹ ਦੀਵਾਨ ਲਾਉਂਦੇ ਹਨ। ਬੋਹਰ ਵਿਸੋਏ ਕਾ ਭਰ ਮੇਲਾ। ਫਿਰ ਸਾਧ ਸੰਗਤ ਜੀ ਵਿਸੋਏ ਦਾ ਮੇਲਾ, ਬੋਹਰ ਵਿਸੋਏ ਕਾ ਭਰ ਮੇਲਾ, ਵਿਸੋਏ ਦਾ ਮੇਲਾ ਆ ਗਿਆ ਵਿਸਾਖੀ ਦਾ। ਵਿਸਾਖੀ ਦਾ ਮੇਲਾ ਜਦੋਂ ਆਉਂਦਾ ਨਾ, ਉਦੋਂ ਮਹਾਰਾਜ ਦੇ ਕੋਲ ਸੰਗਤਾਂ ਆਉਂਦੀਆਂ, ਪੁਰਾਤਨੀ ਚਲੀ ਆਉਂਦੀ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਤੀਸਰੇ ਪਾਤਸ਼ਾਹ, ਉਹਨਾਂ ਦੇ ਚਰਨਾਂ ਦੇ ਵਿੱਚ ਭਾਈ ਪਾਰੋ ਜੀ ਬੇਨਤੀ ਕੀਤੀ, ਮਹਾਰਾਜ ਕੋਈ ਮੇਲਾ ਲਵਾਈਏ ਤਾਂ ਕਿ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਗੁਰੂ ਘਰ ਦੇ ਵਿੱਚ ਇੱਕ ਦੂਜੀ ਨਾਲ ਜਾਣ ਪਛਾਣ ਹੋਵੇ, ਪਰੀਚੇ ਵਧੇ, ਸਿੱਖੀ ਦਾ ਪ੍ਰਚਾਰ ਵਧੇ। ਆ ਮੇਲੇ ਸਾਧ ਸੰਗਤ ਜੀ ਪ੍ਰਚਾਰ ਵਧਾਉਣ ਵਾਸਤੇ ਲਾਏ ਜਾਂਦੇ। ਜੋੜ ਮੇਲਿਆਂ 'ਤੇ, ਨਗਰ ਕੀਰਤਨਾਂ 'ਤੇ ਔਰ ਕੀਰਤਨ ਦਰਬਾਰਾਂ 'ਤੇ ਸੰਗਤਾਂ ਆਉਂਦੀਆਂ, ਇੱਕ ਦੂਜੀ ਨੂੰ ਮਿਲਦੇ ਆ, ਪਿਆਰ ਵੱਧਦਾ, ਜਜ਼ਬਾ ਵੱਧਦਾ ਸਿੱਖੀ ਦਾ। ਇਸ ਤਰ੍ਹਾਂ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਸੀ, ਭਾਈ ਪਾਰੋ ਜੀ ਵੀ ਵਿਸਾਖੀ ਦਾ ਮੇਲਾ ਲਵਾਈਏ। ਮਹਾਰਾਜ ਨੇ ਉਦੋਂ ਹੁਕਮ ਦਿੱਤਾ ਸੀ, ਗੋਇੰਦਵਾਲ ਸਾਹਿਬ ਤੋਂ ਇਹ ਮੇਲਾ ਸ਼ੁਰੂ ਹੋਇਆ। ਜਿੱਥੇ ਜਿੱਥੇ ਮਹਾਰਾਜ ਸਾਹਿਬ ਜੀ ਰਹੇ ਨੇ ਉੱਥੇ ਉੱਥੇ ਮੇਲਾ ਲੱਗਦਾ ਰਿਹਾ। ਜਿਵੇਂ ਮਹਾਰਾਜ ਗੁਰੂ ਅਮਰਦਾਸ ਜੀ ਦੇ ਸਮੇਂ ਗੋਇੰਦਵਾਲ ਸਾਹਿਬ ਮੇਲਾ ਲੱਗਦਾ ਰਿਹਾ, ਫਿਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਆ ਗਏ, ਇੱਥੇ ਮੇਲਾ ਲੱਗਦਾ ਰਿਹਾ। ਫਿਰ ਛੇਵੇਂ ਪਾਤਸ਼ਾਹ ਜਿੱਥੇ ਵੀ ਜਾਂਦੇ ਉੱਥੇ ਵਿਸਾਖੀ ਦਾ ਮੇਲਾ ਭਰ ਜਾਂਦਾ। ਹੁਣ ਐਤਕੀ ਮਹਾਰਾਜ ਡਰੌਲੀ ਆ ਗਏ ਨੇ, ਮਾਲਵੇ ਦੀ ਧਰਤੀ, ਮੋਗੇ ਦੇ ਇਲਾਕੇ ਵਿੱਚ। ਮੋਗੇ ਦੇ ਇਲਾਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਵਿਸਾਖੀ ਦਾ ਮੇਲਾ ਭਰਿਆ ਹੈ। ਸੁਣ ਸੁਣ ਗੁਰ ਕੀ ਭਇਓ ਸਕੇਲਾ। ਪਤਾ ਲੱਗਾ ਵੀ ਗੁਰੂ ਜੀ ਐਤਕੀ ਮਾਲਵੇ 'ਚ ਆਏ ਨੇ। ਮਾਲਵੇ ਦੇ ਸਿੱਖਾਂ ਨੂੰ ਤਾਂ ਬੜਾ ਹੀ ਚਾਹ ਚੜ੍ਹਿਆ, ਉਹ ਆਪਣੇ ਆਪਣੇ ਇਲਾਕੇ ਦੀਆਂ ਸੰਗਤਾਂ ਲੈ ਕੇ ਡਰੌਲੀ ਆ ਗਏ। ਬਹੁ ਉਪਹਾਰਨ ਆਨ ਚੜ੍ਹਾਵੇ। ਬੜੇ ਉਪਹਾਰ ਲਿਆ ਲਿਆ ਕੇ, ਭੇਟਾਂ ਲਿਆ ਲਿਆ ਕੇ ਚੜ੍ਹਾਉਂਦੇ ਹਨ। ਬੰਦੇ ਚਰਨ ਦਰਸ਼ਕੋ ਪਾਵੇ। ਤੇ ਮਹਾਰਾਜ ਦੇ ਚਰਨਾਂ ਦੇ ਮੱਥਾ ਟੇਕਦੇ ਨੇ, ਮਹਾਰਾਜ ਦੇ ਦਰਸ਼ਨ ਕਰਦੇ ਨੇ। ਗੁਰ ਟਿਕ ਬਸਹਿ ਲਾਭ ਕੋ ਜਾਣੇ। ਮਹਾਰਾਜ ਦੇ ਕੋਲ ਆ ਕੇ ਵਸਦੇ ਨੇ, ਰਹਿੰਦੇ ਨੇ ਤੇ ਲਾਭ ਸਮਝਦੇ ਨੇ, ਇਹਦਾ ਭਲਾ ਸਮਝਦੇ ਵੀ ਸਾਡਾ ਫਾਇਦਾ ਹੋ ਰਿਹਾ। ਮਹਾਰਾਜ ਦੇ ਦਰਸ਼ਨ ਕਰਕੇ, ਦਰਸ਼ਨ ਆਪਣੇ ਕਿਰਤਾਰਥ ਮੰਨੇ। ਮਹਾਰਾਜ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਕਿਰਤਾਰਥ ਮੰਨਦੇ ਨੇ। ਅਨਗਨ ਵਸਤ ਅਰਪਹਿ ਆਏ। ਹਾਂ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਅਰਪਣ ਕਰਦੇ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ। ਨਰ ਨਾਰੀ ਹੋਏ ਸਮੁਦਾਏ। ਇਸਤਰੀ ਪੁਰਸ਼, ਨਰ ਨਾਰੀ, ਵੱਡੇ ਛੋਟੇ, ਗਰੀਬ ਅਮੀਰ, ਗੁਰੂ ਦੇ ਸਿੱਖ ਸਭ ਆ ਕੇ ਮਹਾਰਾਜ ਦੇ ਚਰਨਾਂ 'ਚ ਭੇਟਾ ਅਰਪਣ ਕਰਦੇ ਹਨ। ਮਨੋਕਾਮਨਾ ਪਾਏ ਸਿਧਾਰੇ। ਔਰ ਸਾਧ ਸੰਗਤ ਜੀ ਸਾਰਿਆਂ ਦੀਆਂ ਮਨੋਕਾਮਨਾ ਗੁਰੂ ਮਹਾਰਾਜ ਪੂਰੀਆਂ ਕਰਦੇ ਹਨ। ਨਿਸਾ ਤੀਨ ਗੁਰ ਨਿਕਟ ਗੁਜਾਰੇ। ਤਿੰਨ ਰਾਤਾਂ ਘੱਟੋ ਘੱਟ ਗੁਰੂ ਕੋਲ ਰਹਿੰਦੇ, ਮੇਲਾ ਜਦੋਂ ਭਰਦਾ ਘੱਟੋ ਘੱਟ ਤਿੰਨ ਰਾਤਾਂ ਦਾ ਜ਼ਰੂਰ ਠਹਿਰਦੇ ਹਨ। ਸੋ ਜਸ ਕਰਤ ਆਪਣੇ ਗ੍ਰਹਿ ਗਏ। ਤੇ ਫਿਰ ਮੇਲਾ ਲੰਘ ਗਿਆ ਵਿਸਾਖੀ ਦਾ, ਗੁਰੂ ਦਾ ਜਸ ਕਰਦੇ ਹੋਏ ਵਾਪਸ ਆਪਣੇ ਆਪਣੇ ਪਿੰਡਾਂ, ਨਗਰਾਂ, ਸ਼ਹਿਰਾਂ ਨੂੰ ਚਲੇ ਗਏ। ਸਤਿਗੁਰ ਤਹਾਂ ਬਿਰਾਜਤ ਭਏ। ਮਹਾਰਾਜ ਡਰੌਲੀ ਪਿੰਡ ਵਿੱਚ ਹੀ ਬਿਰਾਜੇ ਹੋਏ ਹਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ। ਦੋਹਰਾ ਬਸਤ ਡਰੌਲੀ ਗ੍ਰਾਮ ਮਹਿ। ਪਿੰਡ ਡਰੌਲੀ ਵਿੱਚ ਰਹਿੰਦਿਆਂ ਹੋਇਆ ਕੀਨੇ ਅਨਕ ਬਿਲਾਸ। ਗੁਰੂ ਜੀ ਨੇ ਅਨੇਕਾਂ ਕੌਤਕ ਕੀਤੇ ਹਨ। ਏਕ ਗਾਥ ਹੋਈ ਜਥਾ। ਇੱਕ ਹੋਰ ਵੀ ਇੱਥੇ ਸਾਖੀ ਹੋਈ ਹੈ, ਸੁਣੋ ਤਥਾ ਸੁਖਰਾਸ, ਉਹ ਵੀ ਸੁਣਨ ਵਾਲੀ ਹੈ। ਘਰ ਵੱਡੇ ਇੱਕ ਗ੍ਰਾਮ ਮਹਿ। ਸਾਧ ਸੰਗਤ ਜੀ ਪਿੰਡ ਦਾ ਨਾਮ ਹੈ ਵੱਡੇ ਘਰ, ਮਾਲਵੇ ਦੇ ਵਿੱਚ। ਗੁਰਸਿੱਖ ਬਸਹਿ ਤਿਖਾਨ। ਇੱਕ ਤਖਾਨ ਬਰਾਦਰੀ ਦਾ, ਬਾਢੀ
ਜਿਹੜੇ ਲੱਕੜੀ ਦਾ ਕੰਮ ਕਰਦੇ ਹਨ, ਆਪਾਂ ਰਾਮਗੜੀਏ ਸਿੰਘ ਵੀ ਕਹਿ ਦਿੰਦੇ ਹਾਂ ਉਹਨਾਂ ਨੂੰ। ਇੱਕ ਤਰਖਾਣ ਗੁਰਸਿੱਖ ਰਹਿੰਦਾ ਸੀ, ਰਾਮਦਾਸ ਸਤਿਗੁਰੂ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਤੋਂ ਸਿੱਖੀ ਧਰੀ ਮਹਾਨ। ਉਸ ਗੁਰਸਿੱਖ ਨੇ, ਉਸ ਕਿਰਤੀ ਸਿੱਖ ਨੇ ਸਿੱਖੀ ਧਾਰਨ ਕੀਤੀ ਸੀ। ਚੌਪਈ ਛੱਠੇ ਮਾਸ ਦਰਸ਼ਨ ਕੋ ਜਾਏ, ਔਰ ਉਦੋਂ ਦਾ ਉਸ ਸਿੱਖ ਦਾ ਨੇਮ ਸੀ ਵੀ ਛੇਵੇਂ ਮਹੀਨੇ ਦਰਸ਼ਨ ਕਰਨ ਜਾਣਾ, ਵਿਸਾਖੀ 'ਤੇ ਜਾਣਾ, ਦਿਵਾਲੀ 'ਤੇ ਜਾਣਾ, ਹਰ ਸਾਲ ਦੋ ਗੇੜੇ ਜਿੱਥੇ ਵੀ ਗੁਰੂ ਮਹਾਰਾਜ ਹੋਣ। ਗੁਰੂ ਸਾਹਿਬ ਅੰਮ੍ਰਿਤਸਰ ਹੁੰਦੇ ਸੀ, ਉਦੋਂ ਅੰਮ੍ਰਿਤਸਰ ਚਲਾ ਜਾਂਦਾ ਸੀ। ਜੇ ਪਤਾ ਲੱਗਾ ਗੁਰੂ ਜੀ ਤਰਨ ਤਾਰਨ ਸਾਹਿਬ ਨੇ, ਤਰਨ ਤਾਰਨ ਸਾਹਿਬ ਜਾ ਪਹੁੰਚਣਾ। ਜਿੱਥੇ ਪਤਾ ਲੱਗਦਾ ਉੱਥੇ ਜਾ ਕੇ ਭਾਈ ਆਕਲ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਸੀ। ਯਥਾ ਸ਼ਕਤ ਧਨ ਭੇਟ ਚੜ੍ਹਾਏ, ਵਿਚਾਰਾ ਗਰੀਬ ਸਿੱਖ ਸੀਗਾ, ਕਿਉਂਕਿ ਖੇਤੀਬਾੜੀ ਜਾਂ ਉਹਨਾਂ ਕੋਲ ਤਾਂ ਲੱਕੜ ਦਾ ਹੀ ਕੰਮ ਹੁੰਦਾ, ਮਿਸਤਰੀਆਂ ਕੋਲ ਥੋੜ੍ਹੀ ਬਾਲੀ ਜਿਹੜੀ ਮਾਇਆ ਹੁੰਦੀ। ਯਥਾ ਸ਼ਕਤ ਗੁਰੂ ਸਾਹਿਬ ਦੇ ਦਰਬਾਰ 'ਚ ਭੇਟਾ ਚੜ੍ਹਾਉਂਦਾ ਸੀ। ਸੁਣਹਿ ਪ੍ਰੇਮ ਕਰ ਗੁਰ ਕੀ ਬਾਣੀ, ਅਤੇ ਪ੍ਰੇਮ ਨਾਲ ਬਾਣੀ ਸੁਣਦਾ ਸੀ। ਕਈ ਵਾਰੀ ਮਹੀਨਾ ਮਹੀਨਾ ਸੇਵਾ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਬਣਦਾ ਉਦੋਂ ਵੀ ਕਰਕੇ ਆਇਆ ਸੀ। ਹਾਂਜੀ, ਧਰਮ ਕਿਰਤ ਕਰ ਬਨਹਿ ਸੁਦਾਨੀ, ਔਰ ਧਰਮ ਦੀ ਕਿਰਤ ਕਰਦਾ ਸੀ ਅਤੇ ਉਹਦੇ ਵਿੱਚੋਂ ਦਸਵੰਧ ਕੱਢਦਾ ਸੀ। ਔਰ ਵਿਖੇ ਭਾਉ ਕੋ ਧਾਰੈ, ਮਨ ਵਿੱਚ ਗੁਰੂ ਦਾ ਪ੍ਰੇਮ ਅਤੇ ਗੁਰੂ ਦਾ ਭੈ ਰੱਖਦਾ ਸੀ, ਡਰ ਵੀ ਰੱਖਦਾ ਸੀ। ਮਹਾਰਾਜ ਸੱਚੇ ਪਾਤਸ਼ਾਹ, ਡਰ ਵੀ ਜ਼ਰੂਰੀ ਹੈ। ਜਿਹੜਾ ਸਿੱਖ ਗੁਰੂ ਤੋਂ ਡਰਦਾ ਨਹੀਂ ਨਾ, ਉਹ ਗੁਰੂ ਨਾਲ ਪ੍ਰੇਮ ਵੀ ਨਹੀਂ ਕਰਦਾ। ਜਿਹੜਾ ਗੁਰੂ ਦਾ ਭੈ ਹੈ ਇਹ ਵੀ ਜ਼ਰੂਰੀ ਹੈ ਅਤੇ ਪ੍ਰੇਮ ਵੀ ਜ਼ਰੂਰੀ ਹੈ, ਤੋ ਦੋਵੇਂ ਗੱਲਾਂ 'ਚ ਪੂਰਾ ਸੀ ਉਹ। ਸਤਿਗੁਰ ਮਹਿਮਾ ਅਧਿਕ ਉਚਾਰੈ, ਅਤੇ ਗੁਰੂ ਸਾਹਿਬ ਜੀ ਬੜੀ ਮਹਿਮਾ ਕਰਦਾ ਸੀ। ਹਾਂਜੀ, ਸ੍ਰੀ ਅਰਜਨ ਕੋ ਸੇਵਤ ਰਹਿਓ, ਅਤੇ ਮਹਾਰਾਜ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਜੀ ਦੀ ਬੜੀ ਉਹਨੇ ਸੇਵਾ ਕੀਤੀ। 25 ਸਾਲ ਮਹਾਰਾਜ ਪੰਜਵੇਂ ਪਾਤਸ਼ਾਹ ਗੱਦੀ 'ਤੇ ਰਹੇ ਨੇ, ਸੰਨ 1581 ਤੋਂ 1606 ਤੱਕ। ਉਹ ਟਾਈਮ ਉਹਨੇ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਬਹੁਤ ਸੇਵਾ ਕੀਤੀ ਹੈ। ਬਪ ਬਹੁ ਬਰਖਨ ਬੈ ਨਿਰਬਹਿਓ, ਔਰ ਆਪਣੀ ਉਮਰ ਦਾ ਬਹੁਤ ਸਮਾਂ ਸੇਵਾ ਵਿੱਚ ਹੀ ਲੰਘਾਇਆ ਹੈ। ਆਕਲ ਕਹਿ ਤਾਹੇ ਕੋ ਨਾਮੂ, ਉਸ ਸਿੱਖ ਦਾ ਨਾਮ ਇਤਿਹਾਸ ਵਿੱਚ ਭਾਈ ਆਕਲ ਤਖਾਣ ਕਰਕੇ ਆਉਂਦਾ। ਜ਼ਿਆਦਾ ਤਖਾਣ ਸੀ, ਮਿਸਤਰੀ ਸਿੰਘ ਸੀ ਅਤੇ ਆਕਲ ਉਹਦਾ ਨਾਮ ਸੀਗਾ। ਮਨ ਕੋ ਗੁਰਮਤ ਮਹਿ ਬਿਸਰਾਮੂ, ਅਤੇ ਮਨ ਜਿਹੜਾ ਸੀ ਨਾ ਗੁਰੂ ਦੀ ਮੱਤ ਵਿੱਚ ਟਿਕਿਆ ਹੋਇਆ ਸੀ। ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਜਿੰਨਾ ਮਰਜ਼ੀ ਬੰਦਾ ਸਿਆਣਾ ਬਣੇ, ਭਗਤੀ ਭਾਵਨਾ ਤੋਂ ਬਿਨਾਂ ਮੂਰਖ ਹੀ ਹੁੰਦਾ ਹੈ ਸਾਧ ਸੰਗਤ ਜੀ। ਗੁਰੂ ਦੀ ਭਾਵਨਾ ਨਾਲ ਹੀ ਬੰਦੇ ਨੂੰ ਸੋਝੀ ਆਉਂਦੀ ਹੈ। ਜਿੰਨਾ ਚਿਰ ਜਿਉਂ ਜਿਉਂ ਭਿੱਜੇ ਕੰਬਲੀ, ਤਿਉਂ ਤਿਉਂ ਭਾਰੀ ਹੋਏ। ਕੰਬਲੀ ਜਿਉਂ ਜਿਉਂ ਭਿੱਜਦੀ ਨਾ ਪ੍ਰੇਮ ਦੇ ਰੰਗ ਵਿੱਚ, ਉਹ ਭਾਰੀ ਹੋ ਜਾਂਦੀ ਹੈ। ਭਾਈ ਆਕਲ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਦੀ ਸੇਵਾ ਕਰ ਕਰਕੇ, ਸੇਵਾ ਕਰ ਕਰਕੇ ਰੰਗਿਆ ਗਿਆ ਸੀ। ਇਸ ਕੇ ਗ੍ਰਹਿ ਨਿਪਚੀ ਇੱਕ ਕੰਨਿਆ, ਉਹਦੇ ਘਰ ਇੱਕ ਬੇਟੀ ਪੈਦਾ ਹੋਈ। ਪੂਰਬ ਜਨਮ ਪੁੰਨ ਕੀ ਧੰਨਿਆ, ਆਹਾ, ਉਹ ਪਿਛਲੇ ਜਨਮਾਂ ਤੋਂ ਭਾਗਾਂ ਵਾਲੀ ਸੀ, ਕੋਈ ਧਨ ਭਾਗ ਸਨ ਉਹਦੇ, ਕਰਮ ਚੰਗੇ ਸਨ। ਸਬਦ ਬਰਖ ਜਬ ਆਕੁਲ ਜਾਨੀ, ਜਦੋਂ ਉਹ 7 ਸਾਲਾਂ ਦੀ ਹੋ ਗਈ। ਕਿਤ ਸਨ ਬੰਦ ਕਰੋ ਮਨ ਠਾਨੀ, ਉਹਨੇ ਭਾਈ ਆਕਲ ਨੇ ਸੋਚਿਆ ਵੀ ਇਹਦਾ ਹੁਣ ਮੈਂ ਕਿਤੇ ਰਿਸ਼ਤਾ ਕਰ ਦਿਆਂ। ਉਹਨਾਂ ਦਿਨਾਂ 'ਚ 7-8 ਸਾਲਾਂ ਦੇ ਬੱਚੇ ਦਾ ਵਿਆਹ ਕਰ ਦਿੰਦੇ ਸੀ, ਪੁਰਾਣੇ ਜ਼ਮਾਨਿਆਂ ਦੀ ਗੱਲ ਹੈ। ਹੁਣ ਤਾਂ 20-22 ਸਾਲ ਦੇ ਬੱਚੇ ਵੀ ਨਾਂਹ ਕਰਦੇ ਵਿਆਹ ਤੋਂ, ਜੇ ਕਹੀਏ ਨਾ ਵਿਆਹ ਕਰਾਂ, ਹਾਲੇ ਕਿੱਥੇ ਕਹਿੰਦੇ, ਜਿਹਨੇ ਕੇਸ ਦਾੜੀ 'ਚ ਚਿੱਟੇ ਜਿਹੇ ਆਉਣ ਲੱਗ ਜਾਂਦੇ ਆ ਅਤੇ ਫਿਰ ਰਿਸ਼ਤਾ ਲੱਭਣ ਤੁਰਦੇ। ਵੈਸੇ ਮਰਯਾਦਾ ਇਹ ਹੈ ਵੀ 20-22 ਸਾਲ 25 ਸਾਲ ਤੱਕ ਬੰਦੇ ਦਾ ਵਿਆਹ ਜਿਹੜਾ ਹੋ ਜਾਣਾ ਚਾਹੀਦਾ ਹੁਣ, ਪਰ ਦਿਨੋ ਦਿਨ ਸਾਡੇ 'ਚ ਹੋਰ ਹੀ ਰੀਤਾਂ ਅਤੇ ਹੋਰ ਹੀ ਰਿਵਾਜ਼ ਚੱਲ ਪਏ ਆ। ਖੈਰ, ਉਹ ਉਹਨਾਂ ਜ਼ਮਾਨਿਆਂ 'ਚ ਬਹੁਤ ਛੋਟਿਆਂ ਦਾ ਵਿਆਹ ਕਰਦੇ ਸੀ। ਉਹ ਤਾਂ ਕਰਦੇ ਸੀ ਵੀ ਮੁਸਲਮਾਨ ਜਿਹੜੇ ਸੀ ਬਾਦਸ਼ਾਹ, ਰਾਜੇ, ਮਹਾਰਾਜੇ, ਉਹ ਲੜਕੀਆਂ ਚੁੱਕ ਕੇ ਲੈ ਜਾਂਦੇ ਸੀਗੇ ਕੁਆਰੀਆਂ। ਉਹ ਫਿਰ ਤਾਂ ਕਹਿੰਦੇ ਸੀ ਵੀ ਛੇਤੀ ਰਿਸ਼ਤਾ ਨਿਬੜਿਆ ਹੋਵੇ, ਕਹਿ ਰਹੇ ਵੀ ਵਿਆਹ ਹੀ ਹੋਈ ਹੈ, ਮੁਕਲਾਵਾ ਤੋਰਦੇ ਸੀ। ਬਾਅਦ ਵਿੱਚ 8-10 ਸਾਲਾਂ ਦੀ ਵਿਆਹ ਦੇਣੀ, ਜਦੋਂ 14-15-20 ਸਾਲਾਂ ਦੀ ਹੋਣੀ ਮੁਕਲਾਵਾ ਤੋਰ ਦੇਣੀ। ਇਉਂ ਸੀਗਾ ਉਹ ਲੜਕੀ, ਉਹਨੇ ਰਿਸ਼ਤਾ ਲੱਭਣ ਵਾਸਤੇ ਤਿਆਰੀ ਕੀਤੀ ਅਤੇ ਰਿਸ਼ਤਾ ਲੱਭਿਆ। ਡਿੱਜ ਬੁਲਾਏ ਕਰ ਦਿਓ ਪਠਾਈ, ਅਤੇ ਉਹਨਾਂ ਦਿਨਾਂ 'ਚ ਰਿਸ਼ਤਾ ਲੱਗ ਹੀ ਲੱਭਦੇ ਸੀ, ਬਾਹਮਣ ਜਾਂ ਨਾਈ ਇਹ ਜਾਂਦੇ ਹੁੰਦੇ ਸੀ ਅਤੇ ਰਿਸ਼ਤਾ ਲੱਭਦੇ ਸੀ। ਉਹਨਾਂ ਨੇ ਰਿਸ਼ਤਾ ਲੱਭ ਦਿੱਤਾ, ਕੋਈ ਘਰ ਵੇਖ ਕੇ
ਕਰ ਸ਼ੁਭ ਥਲ ਮਮ ਸੁਤਾ ਸਗਾਈ। ਉਹਨੇ ਪੰਡਿਤ ਨੂੰ ਕਿਹਾ, ਪੰਡਿਤ ਜੀ ਕੋਈ ਚੰਗਾ ਘਰ ਵੇਖ ਕੇ ਤੇ ਮੇਰੀ ਕੁੜੀ ਦਾ ਰਿਸ਼ਤਾ ਕਰ ਦਿਓ। ਫਿਰਿਓ ਕਿਤਕ ਥਲ ਮਿਲਿਓ ਨਾ ਹਾਣੀ। ਕਹਿੰਦੇ ਉਹ ਪੰਡਿਤ ਉਹਨਾਂ ਦਾ ਲਾਗੀ ਜਿਹੜਾ ਸੀ ਪੁਰੋਹਿਤ, ਕਈ ਥਾਵਾਂ 'ਤੇ ਫਿਰਿਆ ਅਤੇ ਕਿਤੇ ਉਹਨੂੰ ਹਾਣੀ ਹਾਣ ਪ੍ਰਵਾਨ ਦਾ ਰਿਸ਼ਤਾ ਨਹੀਂ ਮਿਲਿਆ। ਖੋਜਤ ਆਇਓ ਪੁਰ ਤੁਕਲਾਣੀ। ਅਤੇ ਸਾਹ ਸਿੰਘ ਜੀ ਤੁਰਦਾ ਤੁਰਦਾ ਤੁਕਲਾਣੀ ਪਿੰਡ ਆ ਗਿਆ। ਇੱਕ ਤੁਕਲਾਣੀ ਪਿੰਡ ਹੈ ਮਾਲਕ, ਉੱਥੇ ਪਹੁੰਚਿਆ। ਜਦੋਂ ਬੂਜਤ ਘਰ ਤਖਾਣ ਕੇ ਗਇਓ ਅਤੇ ਪਤਾ ਕੀਤਾ ਅਤੇ ਪਤਾ ਲੱਗਾ ਵੀ ਤਖਾਣਾ ਦਾ ਘਰ ਇੱਥੇ ਕਿਹੜਾ। ਹਾਂਜੀ, ਸਮਤਾ ਮਹਿਨੀ ਕੇ ਪਿਖ ਲਇਓ। ਉਹਨੇ ਵੇਖਿਆ ਵੀ ਠੀਕ ਹੈ, ਬਰਾਬਰ ਜਿਹਾ ਘਰ ਹੈ। ਜਿੰਨੀ ਕੁ ਆਮਦਨ ਪਾਈ, ਅਕਲ ਦੀ ਰੋਟੀ ਪਾਣੀ ਚੱਲਦਾ, ਉਹਨਾਂ ਕਿਹਨਾਂ ਦਾ ਚੱਲਦਾ। ਲੜਕੇ ਦਾ ਵੀ ਉਹਨਾਂ ਨੇ ਕੱਦ ਕਾਠ ਉਮਰ ਦੇਖ ਲਈ ਪੰਡਿਤ ਨੇ। ਹਾਂਜੀ, ਕਹਿਓ ਸੰਬੰਧ ਕਰਨ ਕੋ ਜਬੈ। ਅਤੇ ਰਿਸ਼ਤਾ ਕਰਨ ਨੂੰ ਜਦੋਂ ਆਖਿਆ, ਸਾਦਾ ਨਾਮ ਸੋ ਖਾਤੀ ਤਬੈ। ਉਹ ਤਖਾਣ ਸੀਗਾ, ਉਹਦਾ ਨਾਂ ਸੀ ਸਾਧਾ। ਸਾਧੇ ਦੇ ਲੜਕੇ ਨਾਲ ਰਿਸ਼ਤਾ ਕਰ ਦਿੱਤਾ। ਸਨਮਾਨਿਓ ਸੇਵਾ ਸਭ ਠਾਨੀ। ਕਹਿੰਦੇ ਸੇਵਾ ਕੀਤੀ ਉਹਨਾਂ ਨੇ, ਰਿਸ਼ਤਾ ਪੱਕਾ ਕਰ ਦਿੱਤਾ। ਨਿਸਬ ਸਾਏ ਕਰ ਗਾਥ ਬਖਾਨੀ। ਰਾਤ ਰੱਖਿਆ, ਗੱਲਬਾਤ ਕੀਤੀ। ਭਲੋ ਮਹੂਰਤ ਤਬਹਿ ਸੁਧਾਏ। ਚੰਗਾ ਮਹੂਰਤ ਸੋਧ ਕੇ ਤਿਸਕੋ ਸੁਤ ਸਾਧੂ ਬੈਠਾਏ। ਸਾਧੇ ਦਾ ਪੁੱਤਰ ਸਾਧੂ ਸੀ, ਸਾਧੂ ਦੇ ਨਾਲ ਰਿਸ਼ਤਾ ਕਰ ਦਿੱਤਾ। ਕਾਢ ਤਿਲਕ ਕੁਲ ਰੀਤ ਕਰਾਈ। ਤੇ ਉਹਦੇ ਮੱਥੇ ਤੇ ਟਿੱਕਾ ਲਾ ਦਿੱਤਾ, ਸਗਨ ਪਾ ਦਿੱਤਾ, ਜੋ ਰੀਤੀ ਰਿਵਾਜ ਸੀ ਕੁਲ ਦਾ ਕਰ ਲਿਆ। ਹੁਣ ਅਕਲ ਕੋ ਆਨ ਸੁਣਾਈ। ਤੇ ਅਕਲ ਤਖਾਣ ਨੂੰ ਆ ਕੇ ਦੱਸਿਆ ਵੀ ਤੇਰੀ ਲੜਕੀ ਦਾ ਰਿਸ਼ਤਾ ਮੈਂ ਤੁਕਲਾਣੀ ਪਿੰਡ ਦੇ ਸਾਧੇ ਦੇ ਪੁੱਤਰ ਸਾਧੂ ਨਾਲ ਕਰਕੇ ਆਇਆ ਹਾਂ। ਪੁਰ ਤੁਕਲਾਣੀ ਮਹਿ ਸ਼ੁਭ ਧਾਮ। ਤੁਕਲਾਣੀ ਪਿੰਡ 'ਚ ਤਖਾਣ ਵਸਦੇ ਨੇ। ਭਲੇ ਜਾਤ ਮਹਿ ਸਾਧਾ ਨਾਮ। ਸਾਧਾ ਉਹਦਾ ਨਾਮ ਹੈ, ਚੰਗਾ ਪਿੰਡ ਵਿੱਚ ਮਿਸਤਰੀ ਮਸ਼ਹੂਰ ਹੈ। ਕਿਸ ਕੋ ਸੁਤ ਸਾਧੂ ਬੈ ਬਾਲਾ। ਸਾਧੇ ਦਾ ਪੁੱਤਰ ਜਵਾਨ ਉਮਰ ਦਾ, ਭਾਵ ਅਜੇ 12-10-12 ਸਾਲਾਂ ਦਾ ਹੈ। ਤੇਰੀ ਲੜਕੀ ਦੇ ਨਾਲ ਹਾਣ ਪਰਵਾਨ ਉਮਰ ਮਿਲਦੀ ਜੁਲਦੀ ਹੈ। ਉਹਦਾ ਨਾਮ ਸਾਧੂ ਹੈ, ਲੜਕਾ ਸੋਹਣਾ ਹੈ, ਮੈਂ ਰਿਸ਼ਤਾ ਘਰ ਆਇਆ। ਕਰਿਓ ਸੰਬੰਧ ਬਹੁਤ ਥਲ ਭਾਲਾ। ਬੜੀ ਥਾਵਾਂ 'ਤੇ ਵੇਖਿਆ, ਬਰਾਬਰ ਦਾ ਘਰ ਬਾਰ ਨਹੀਂ ਸੀ ਮਿਲਦਾ, ਹੁਣ ਘਰ ਬਾਰ ਮਿਲਿਆ, ਮੈਂ ਕਰ ਦਿੱਤਾ ਰਿਸ਼ਤਾ। ਹਾਂਜੀ, ਸੁਣ ਆਕਲ ਨੇ ਬੂਜਨ ਕਰਿਓ। ਭਾਈ ਆਕਲ ਨੇ ਪੰਡਿਤ ਨੂੰ ਪੁੱਛਿਆ, ਗੁਰ ਕੋ ਸਿੱਖ ਕੇ ਨਹੀਂ ਨਿਹਰਿਓ। ਪੰਡਿਤ ਜੀ ਇੱਕ ਗੱਲ ਮੈਂ ਭੁੱਲ ਗਿਆ ਵੀ ਜਿੱਥੇ ਰਿਸ਼ਤਾ ਕਰਕੇ ਆਏ ਮੇਰੀ ਲੜਕੀ ਨੇ ਜਾਣਾ, ਗੁਰੂ ਦੇ ਸਿੱਖ ਨੇ ਕਿ ਹੋਰ ਮਤ ਦੇ ਨੇ। ਵਿਪਰ ਕਰੈ ਮੈਂ ਨਹੀਂ ਵਿਚਾਰਾ। ਉਹ ਪੰਡਿਤ ਕਹਿੰਦਾ, ਇਹ ਤਾਂ ਮੈਂ ਸੋਚਿਆ ਨਹੀਂ ਵੀ ਗੁਰੂ ਦੇ ਸਿੱਖ ਨੇ ਕਿ ਕਿਸੇ ਹੋਰ ਨੂੰ ਮੰਨਦੇ ਨੇ। ਹਾਂਜੀ, ਨੀਕੋ ਏਕ ਨਿਕੇਤ ਨਿਹਾਰਾ। ਮੈਂ ਤਾਂ ਘਰ ਵੇਖਿਆ, ਮੁੰਡਾ ਵੇਖਿਆ, ਮੈਂ ਸਿੱਖੀ ਬਾਰੇ ਨਹੀਂ ਪੁੱਛਿਆ ਵੀ ਉਹ ਗੁਰੂ ਨੂੰ ਮੰਨਦੇ ਜਾਂ ਨਹੀਂ ਮੰਨਦੇ। ਹਾਂਜੀ, ਪਛਤਾਇਓ ਬਸ ਚੱਲਿਓ ਨਾ ਫੇਰ। ਬਾਬਾ ਆਕਲ ਜੀ ਪਛਤਾਉਣ ਲੱਗ ਪਏ, ਕਹਿੰਦੇ ਬੜੀ ਗਲਤੀ ਹੋ ਗਈ ਪੰਡਿਤ ਜੀ, ਮੇਰੇ ਕੋਲੋਂ ਵੀ ਤੁਹਾਨੂੰ ਦੱਸਣਾ ਯਾਦ ਨਹੀਂ ਰਿਹਾ ਅਤੇ ਤੁਸੀਂ ਵੀ ਖਿਆਲ ਨਹੀਂ ਕੀਤਾ, ਕੰਮ ਬੜਾ ਖਰਾਬ ਹੋ ਜਾਂਦਾ ਜੇ ਧਰਮ ਨਾ ਮਿਲੇ, ਮਤ ਨਾ ਮਿਲੇ। ਹਾਂਜੀ, ਬੀਤੇ ਕਿਤਕ ਬਰਖ ਪੁਨ ਹੇਰ। ਕੁਝ ਸਾਲ ਬੀਤ ਗਏ, ਗੁਰ ਕੋ ਰਹਿਓ ਅਰਾਧਿਤ ਸਦਾ। ਪਰ ਬਰਦਾਸਾਂ ਕਰਦਾ ਰਿਹਾ, ਮਹਾਰਾਜ ਹੁਣ ਤੂੰ ਹੀ ਹੈ, ਮੇਰੀ ਬੇਟੀ ਨੂੰ ਗੁਰੂ ਨਾਲ ਜੋੜੀ ਰੱਖੀ। ਅਰਦਾਸਾਂ ਕਰਦਾ ਰਿਹਾ ਭਾਈ ਆਕਲ। ਕਰੋ ਸੰਬੰਧੀ ਸਿੱਖ ਜਦ ਕਦਾ। ਮਹਾਰਾਜ ਮੇਰੇ ਜਿਹੜੇ ਸੰਬੰਧੀ ਨੇ ਨਾ, ਮੇਰੇ ਕੁੜਮ ਨੇ, ਉਹ ਆਪਣੇ ਸਿੱਖ ਬਣਾ ਲਈ। ਸਾਧ ਸੰਗਤ ਜੀ ਵਿਆਹ ਹੋਇਆ, ਅੱਗੇ ਕਥਾ ਕੱਲ੍ਹ ਨੂੰ ਆਪਾਂ ਸੁਣਾਂਗੇ, ਵਿਆਹ ਹੋਇਆ, ਉਹ ਨਿਕਲ ਆਏ ਲਾਲਾਂ ਵਾਲੇ ਦੇ ਸੇਵਕ ਸਰਵਰੀਏ। ਉਹ ਗੁਰੂ ਘਰ ਨੂੰ ਚੰਗਾ ਨਹੀਂ ਸਮਝਦੇ, ਬੀਬੀ ਡੋਲੇ 'ਚ ਪੈ ਗਈ, ਤੁਰੀ ਜਾਂਦੀ, ਅਰਦਾਸਾਂ ਕਰ ਰਹੀ ਹੈ ਵੀ ਸੱਚੇ ਪਾਤਸ਼ਾਹ ਜੇ ਤੂੰ ਸਮਰੱਥ ਹੈ ਤਾਂ ਮੇਰੇ 'ਤੇ ਕਿਰਪਾ ਕਰ। ਅਤੇ ਉਹ ਡੋਲਾ ਲੰਘ ਕਿੱਥੋਂ ਰਿਹਾ, ਡਰੋਲੀ ਦੇ ਕੋਲੋਂ ਦੀ, ਉੱਧਰ ਛੇਵੇਂ ਪਾਤਸ਼ਾਹ ਦੀ ਛਾਉਣੀ ਪਈ ਹੋਈ ਹੈ। ਆਪਣੇ ਪਤੀ ਨੂੰ ਮਿੰਨਤਾਂ ਕਰਦੀ ਵੀ ਪਤੀ ਜੀ ਮੇਰੀ ਬੇਨਤੀ ਹੈ, 5 ਮਿੰਟ ਮੈਨੂੰ ਦੇ ਦਿਓ, ਮੈਂ ਮੱਥਾ ਟੇਕ ਲਾਂ। ਉਹ ਵੀ ਨਾਲ ਆ ਗਿਆ ਅਤੇ ਗੁਰੂ ਸਾਹਿਬ ਦੀ ਦ੍ਰਿਸ਼ਟੀ ਪਈ, ਉਹ ਬੱਚੀ ਦਾ ਪਤੀ ਗੁਰੂ ਦਾ ਸਿੱਖ ਬਣਿਆ, ਭਾਈ ਸਾਧੂ। ਉਹਦੇ ਗਾਂ ਬ੍ਰਹਮ ਗਿਆਨੀ ਸਿੱਖ ਭਾਈ ਰੂਪਾ ਜੀ ਜਨਮ ਲਿਆ, ਭਾਈ ਰੂਪਾ ਜਿਹਦੇ ਨਾਂ 'ਤੇ ਮਹਾਰਾਜ ਨੇ ਫਿਰ ਪਿੰਡ ਵੀ ਵਸਾਇਆ ਭਾਈ ਰੂਪਾ ਮਾਲਵੇ ਵਿੱਚ। ਇਹ ਕਥਾ ਹੁਣ ਸ਼ੁਰੂ ਹੋਈ ਹੈ, ਮਾਲਵੇ ਦੀ ਧਰਤੀ 'ਤੇ ਮਹਾਰਾਜ ਬਹੁਤ ਕੌਤਕ ਕਰਨਗੇ। ਭਾਈ ਰੂਪੇ ਦੇ ਜਨਮ ਤੱਕ ਦੀ ਕਥਾ ਸਾਰੀ ਆਪਾਂ ਅੱਗੇ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋ, ਹੇ ਗੋਬਿੰਦ, ਹੇ ਗੋ, ਹੇ ਗੋਬਿੰਦ, ਹੇ ਗੋ, ਹੇ ਗੋਬਿੰਦ, ਹੇ ਗੋ, ਹੇ ਗੋਬਿੰਦ।